ਕਰਨ ਔਜਲਾ, ਕਰਨ ਔਜਲਾ ਨੂੰ ਸਲੂਟ ਹੈ। ਪੰਜਾਬ ਦੇ ਉਸ ਸਬੂਤ ਨੂੰ ਧੰਨਾ ਹੋਵਾਂ ਜਿਹਨੇ ਇਹੋ ਜਿਹਾ ਪੁੱਤ ਜੰਮਿਆ। ਸਿੰਗਰ ਕਰਨ ਔਜਲਾ, ਉਹਨੂੰ ਤਰਸ ਆ ਗਿਆ, 9 ਲੱਖ ਰੁਪਇਆ ਇਸ ਮੁੰਡੇ ਦੇ ਸਿਰ 'ਤੇ ਕਰਜ਼ਾ ਵੈ, ਮੈਨੂੰ ਇਹਦੀ ਮਦਦ ਲੈ ਕੇ ਆਉਣਾ ਚਾਹੀਦਾ ਵੈ। ਕਰਨ ਔਜਲਾ ਨੇ ਮਦਦ ਕੀਤੀ, 9 ਲੱਖ ਰੁਪਇਆ ਦਿੱਤਾ, ਲੇਕਿਨ ਜਿਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ, ਜਿਹਨਾਂ ਨੇ ਵਾਅਦੇ ਕੀਤੇ, ਉਹ ਸਰਕਾਰਾਂ ਕਿੱਥੇ ਹੈ, ਉਹ ਨੁਮਾਇੰਦੇ ਕਿੱਥੇ ਹੈ? ਤਰੁਣ ਭੀਖ ਨਹੀਂ ਮੰਗਦਾ ਯਾਰ, ਆਪਣਾ ਹੱਕ ਮੰਗਦਾ। ਇੰਟਰਨੈਸ਼ਨਲ ਖਿਡਾਰੀ ਤੁਹਾਡੇ ਬੂਟ ਪਾਲਿਸ਼ ਕਰੇ, ਰੇਟ 500 ਰੁਪਇਆ, ਜਮਾ ਵੀ ਜ਼ਿਆਦਾ ਨਹੀਂ ਹੈ, ਜਮਾ ਵੀ ਜ਼ਿਆਦਾ ਨਹੀਂ ਹੈ। ਉਹ ਸ਼ਖਸ ਦਿਖਾਵਾਂਗੇ ਜਿਹਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ। ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣੀ ਹੋਵੇ, ਦੇਖੋ 500 ਰੁਪਇਆ, ਇੰਟਰਨੈਸ਼ਨਲ ਖਿਡਾਰੀ ਤੁਹਾਡੇ ਬੂਟ ਪਾਲਿਸ਼ ਕਰੇ, ਰੇਟ 500 ਰੁਪਇਆ, ਜਮਾ ਵੀ ਜ਼ਿਆਦਾ ਨਹੀਂ ਹੈ, ਜਮਾ ਵੀ ਜ਼ਿਆਦਾ ਨਹੀਂ ਹੈ। 500 ਰੁਪਇਆ, 500 ਰੁਪਇਆ, 500 ਰੁਪਇਆ, ਮੈਨੂੰ ਭਾਵੇਂ 50 ਸੌ ਹੀ ਦੇ ਦਿਓ, ਪਰ ਇੰਟਰਨੈਸ਼ਨਲ ਖਿਡਾਰੀ ਨੂੰ 500 ਰੁਪਇਆ ਜਮਾ ਹੀ ਜ਼ਿਆਦਾ ਨਹੀਂ ਹੈ। ਕਈ ਗੋਲਡ ਮੈਡਲ ਮੇਰੇ ਪੰਜਾਬ ਲਈ, ਮੇਰੇ ਦੇਸ਼ ਲਈ ਜਿਹਨੇ ਜਿੱਤੇ, ਉਸ ਖਿਡਾਰੀ ਨੂੰ 500 ਰੁਪਏ ਜ਼ਿਆਦਾ ਨਹੀਂ। ਬੋਰਡ ਵਾਲੀ, ਬੋਰਡ ਵਾਲੀ, ਬੋਰਡ ਵਾਲੀ, ਬੋਰਡ ਵਾਲੀ, ਬਿਲਕੁਲ ਬੂਟ ਪਾਲਿਸ਼, ਬੂਟ ਪਾਲਿਸ਼। ਔਰ ਕਰ ਕੌਣ ਰਿਹਾ ਵੈ? ਇੰਟਰਨੈਸ਼ਨਲ ਖਿਡਾਰੀ ਤਰੁਣ, ਜਿਸ ਨੂੰ ਕਿਸੇ ਵੀ ਪਹਿਚਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸਨੇ ਦੇਸ਼ ਲਈ ਗੋਲਡ ਮੈਡਲ ਜਿੱਤੇ ਨੇ। ਔਰ ਉਸ ਤੋਂ ਪਹਿਲਾਂ ਇੱਕ ਸੱਚਾ ਜਾਧਵ, ਜਿਹੜੇ ਕਿ ਅਕਸਰ ਸੱਚ ਲੈ ਕੇ ਦੁਨੀਆ ਦੇ ਅੱਗੇ ਰੂਬਰੂ ਹੁੰਦੇ ਨੇ, ਅੱਜ ਉਹਨਾਂ ਨਾਲ ਅਸੀਂ ਪਹਿਲਾਂ ਗੱਲ ਕਰਦੇ ਹਾਂ ਕਿ ਉਹ ਅੱਜ ਕਿਸ ਚੀਜ਼ ਦਾ ਸੱਚ ਲੈ ਕੇ ਅੱਗੇ ਆਏ ਨੇ। ਯਾਦਵ ਸਰ, ਬੜਾ ਸੱਚਾ ਯਾਦਵ ਤੁਸੀਂ ਆਪਣੇ ਆਪ ਕਹਿੰਦੇ ਹੋ, ਹਰ ਵਾਰੀ ਕਿਹਾ ਕੋਈ ਨਾ ਕੋਈ ਨਵਾਂ ਸੱਚ ਲੈ ਆਉਂਦੇ ਹੋ, ਅੱਜ ਇਸ ਵਾਰੀ ਕਿਹੜਾ ਸੱਚ ਲੈ ਆਏ ਹੋ? ਰੋਜ ਜੀ, ਮੈਂ ਸੱਚਾ ਯਾਦਵ ਕਾਹਦਾ, ਮੇਰੇ ਮੁੱਦੇ ਸੱਚਾ, ਮੇਰੇ ਮੁੱਦੇ ਸੱਚਾਈ ਬੋਲਦੇ ਹੈ, ਮੈਂ ਹੋਰ ਕੁਛ ਨਹੀਂ। ਔਰ ਇਹ ਮੁੱਦੇ ਸੱਚਾਈ ਵਾਲੇ ਜਨਤਾ ਤੱਕ ਪਹੁੰਚਦੇ ਹੈ, ਜਨਤਾ ਕਹਿੰਦੀ ਹੈ ਕਿ ਗੱਲ ਤਾਂ ਬੰਦਾ ਸੱਚੀ ਕਰਦਾ ਪਿਆ। ਸੋ ਅੱਜ ਵੀ, ਅੱਜ ਜਿੱਥੇ ਅਸੀਂ ਬੈਠੇ ਹਾਂ ਬੂਟ ਪਾਲਿਸ਼ ਕਰਨ ਵਾਸਤੇ, ਮੇਰੇ ਨਾਲ ਇੱਥੇ ਇੱਕ ਹੋਰ ਪੰਜਾਬ ਦਾ ਨੌਜਵਾਨ ਬੈਠਾ ਹੋਇਆ ਸੀਗਾ, ਇੱਕ ਬੂਟ ਪਾਲਿਸ਼ ਕਰਨ ਦਾ 50 ਰੁਪਈਏ ਲੈਂਦਾ ਪਿਆ ਸੀਗਾ, ਅਤੇ ਦੂਜਾ ਨੌਜਵਾਨ ਜਿਹੜਾ ਸੀਗਾ ਉਹ 100 ਰੁਪਈਏ ਲੈਂਦਾ ਪਿਆ ਸੀਗਾ। ਅਤੇ ਜਿਹੜੇ ਮੇਰੇ ਨਾਲ ਆ ਭਾਈ ਸਾਹਿਬ ਜਿਹੜੇ ਬੈਠੇ ਹੈ, ਜਿਹਨਾਂ ਨੂੰ ਮੈਂ ਗਰਵ ਕਹਿੰਦਾ ਦੇਸ਼ ਦਾ, ਤਰੁਣ ਸ਼ਰਮਾ, ਜਿਹੜੇ 1 ਨਹੀਂ 2 ਨਹੀਂ 18 ਇੰਟਰਨੈਸ਼ਨਲ ਗੋਲਡ ਮੈਡਲ ਜਿੱਤ ਕੇ ਇਸ ਦੇਸ਼ ਦਾ, ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਪੈਰਾਕਰਾਟੇ ਦਾ ਇਕਲੌਤਾ ਪਲੇਅਰ ਹੈ। ਹੁਣ ਤੁਸੀਂ ਪੁੱਛੋਗੇ ਕਿ ਪਹਿਲਾਂ ਬੂਟ ਪਾਲਿਸ਼ ਕਰਨ ਵਾਲਾ 50 ਰੁਪਈਏ ਕਿਉਂ, ਦੂਜਾ 100 ਰੁਪਈਏ ਕਿਉਂ, ਅਤੇ ਤਰੁਣ 1000 ਰੁਪਈਏ ਜਾਂ 500 ਰੁਪਈਏ ਕਿਉਂ? ਦੇਖੋ, ਜਿਹੜਾ 50 ਰੁਪਈਏ ਵਾਲਾ ਸੀਗਾ ਉਹ +2 ਪਾਸ ਸੀ, ਪੰਜਾਬ ਦਾ ਨੌਜਵਾਨ, ਜਿਹੜਾ 100 ਰੁਪਈਏ ਵਾਲਾ ਸੀ ਉਹ ਗ੍ਰੈਜੂਏਟ ਸੀ, ਅਤੇ ਤਰੁਣ ਸ਼ਰਮਾ ਇੰਟਰਨੈਸ਼ਨਲ 18 ਗੋਲਡ ਮੈਡਲ ਜਿੱਤਣ ਵਾਲਾ ਪੈਰਾਕਰਾਟੇ ਦਾ ਇਕਲੌਤਾ ਪਲੇਅਰ, 500 ਰੁਪਈਆ ਦਾ ਬਣਦਾ ਉਸਤਾਦ? ਬਣਦਾ ਕਿ ਨਹੀਂ ਬਣਦਾ ਦੋਸਤੋ? ਬਣਦਾ ਨਾ? ਇਹ ਬਦਕਿਸਮਤੀ ਹੈ ਗੌਰ ਸਾਹਿਬ, ਇੱਕ ਬਦਕਿਸਮਤੀ ਇਸ ਕਟਾਕਸ ਦੇ ਰਾਹੀਂ ਮੈਂ ਦਿਖਾਉਣਾ ਚਾਹਿਆ ਪੰਜਾਬ ਦੀ, ਕਿ ਪੰਜਾਬ ਦੇ ਨੌਜਵਾਨ ਕਿਉਂ ਨਾ ਨਸ਼ਿਆਂ ਵੱਲ ਜਾਣ, ਕਿਉਂ ਇਹ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਫਿਰਦਾ ਪਿਆ ਵੈ? ਉਹ ਭਾਈ ਜਿਹੜੇ ਪੜ੍ਹੇ ਲਿਖੇ ਨਹੀਂ, ਸਮਝ ਆਉਂਦਾ ਕਿ ਨੌਕਰੀ ਜਾਂ ਸਕਿੱਲ ਉਹਨਾਂ ਦੇ ਹੱਥ 'ਚ ਨਹੀਂ ਹੈ, ਪਰ ਇੱਕ ਅਜਿਹਾ ਨੌਜਵਾਨ ਜਿਹੜਾ 27 ਸਾਲਾਂ ਤੋਂ ਜਿਹਦੇ ਘਰ ਵਿੱਚ ਭਾਂਡੇ ਇੰਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਮੈਡਲ ਹੈ, ਸੋਚ ਕੇ ਦੇਖੋ ਮੈਡਲ ਨੇ ਇਹਦੇ ਘਰ ਦੇ ਵਿੱਚ, ਔਰ ਪੰਜਾਬ ਦਾ ਇਕਲੌਤਾ ਖਿਲਾੜੀ ਖੰਨੇ ਸ਼ਹਿਰ ਦੇ ਵਿੱਚ ਸਬਜ਼ੀ ਦੀ ਰੇਹੜੀ ਲਾਉਂਦਾ ਹੋਵੇ, ਪਿਤਾ ਦਾ ਦਿਹਾਂਤ ਹੋ ਗਿਆ ਹੋਵੇ, 12 ਲੱਖ ਰੁਪਇਆ ਕਰਜ਼ਾ ਸੀ, ਲੋਕਾਂ ਨੇ ਮਦਦ ਕੀਤੀ, ਉਹ ਮਾਂ ਦਾ ਪੰਜਾਬ ਦਾ ਪੁੱਤ ਕਰਨ ਔਜਲਾ, ਉਹਨੂੰ ਇਹਦਾ ਦੁੱਖ ਨਜ਼ਰ ਆ ਗਿਆ ਇਸ ਮੁੰਡੇ ਦਾ, ਉਹਨੇ 9 ਲੱਖ ਰੁਪਇਆ ਇਹਦਾ ਕਰਜ਼ਾ ਚੁਕਾ ਦਿੱਤਾ, ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਕੰਮ ਤਾਂ ਕਰਨ ਔਜਲੇ ਨੇ ਕੀਤਾ। ਫਿਰ ਮੈਨੂੰ ਇਹ ਗੱਲ ਦਾ ਜਵਾਬ ਦਿਓ, ਕਾਹਦੇ ਲਈ ਸਰਕਾਰਾਂ ਚਾਹੀਦੀਆਂ, ਕਾਹਦੇ ਲਈ ਲੀਡਰ ਚਾਹੀਦਾ? ਆਹ ਫੋਟੋ ਮੇਰੇ ਹੱਥ ਵਿੱਚ ਦੇਖ ਲਓ ਤੁਸੀਂ, ਇਹ ਫੋਟੋ ਤੁਸੀਂ ਪੁੱਛੋਗੇ ਕਿ ਇਹ ਕਿਉਂ ਹੈ ਮੇਰੇ ਹੱਥ ਵਿੱਚ? ਇਹ ਫੋਟੋ ਦੇ ਵਿੱਚ ਤੁਸੀਂ ਦੇਖੋ ਕਿ ਮੀਤ ਹਾਇਰ ਸਾਹਿਬ ਚੰਡੀਗੜ੍ਹ ਪੁਲਸੀਆਂ ਨਾਲ ਡੰਡੇ ਖਾਂਦੇ ਪਏ, ਆਹ ਡੰਡੇ ਖਾਂਦੇ ਪਏ ਤੁਸੀਂ ਦੇਖੋ। ਇਹ ਫੋਟੋ ਤਰੁਣ ਨਾਲ ਜੁੜੀ ਹੋਈ ਫੋਟੋ ਹੈ, ਇਹ ਉਹ ਉਦੋਂ ਦੀ ਫੋਟੋ ਹੈ ਜਦੋਂ
ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ, ਮੀਤ ਹਾਇਰ ਸਾਹਿਬ ਉਦੋਂ ਸਪੋਰਟਸ ਮਿਨਿਸਟਰ ਨਹੀਂ ਸੀਗੇ, ਉਹਨਾਂ ਨੇ 18 ਪੰਜਾਬ ਦੇ ਅਲੱਗ ਅਲੱਗ ਖਿਡਾਰੀਆਂ ਨੂੰ ਚੰਡੀਗੜ੍ਹ ਬੁਲਾਇਆ, ਪਾਣੀ ਦੀ ਬੁਛਾਰਾ ਡੰਡੇ ਵੀ ਇਹਨਾਂ ਨੇ ਖਾਧਾ। ਮੀਤ ਹਾਇਰ ਸਾਹਿਬ ਇਹ ਉਹੀ ਤਰੁਣ ਹੈ, ਮੀਤ ਹਾਇਰ ਸਾਹਿਬ ਜਿਹੜਾ ਤੁਹਾਡੇ ਨਾਲ ਉਸ ਟਾਈਮ ਮੌਜੂਦ ਸੀ। ਤੁਸੀਂ ਵਾਅਦਾ ਵੀ ਕੀਤਾ ਸੀ ਇਹਨਾਂ ਨਾਲ ਕਿ ਜੇ ਸਾਡੀ ਸਰਕਾਰ ਆਊਗੀ ਅਸੀਂ ਨੌਕਰੀ ਦੇਵਾਂਗੇ। ਮੀਤ ਹਾਇਰ ਸਾਹਿਬ 2.5 ਸਾਲ ਹੋ ਗਏ, ਮੀਤ ਹਾਇਰ ਸਾਹਿਬ ਸਪੋਰਟਸ ਮਿਨਿਸਟਰ ਤੋਂ ਬਾਅਦ ਤੁਸੀਂ ਮੰਤਰੀ ਵੀ ਹੁਣ ਬਣ ਗਏ। ਮੀਤ ਹਾਇਰ ਸਾਹਿਬ ਤੁਸੀਂ ਸੰਸਦ 'ਚ ਆਵਾਜ਼ ਵੀ ਚੱਕੀ ਕਿ ਅਰਸ਼ਦੀਪ ਸਿੰਘ ਸਾਡਾ ਪੰਜਾਬ ਦਾ ਪੁੱਤ 17 ਵਿਕਟਾਂ ਲੈ ਕੇ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਬਿਲਕੁਲ ਕੀਤਾ। ਹਰਮਨ ਕੌਰ ਜਿਹੜੀ ਸਾਡੀ ਲੇਡੀਜ਼ ਦੀ ਕ੍ਰਿਕਟ ਟੀਮ ਦੀ ਕਪਤਾਨ ਹੈ, ਬਿਲਕੁਲ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਸਾਨੂੰ ਗਰਵ ਹੈ। ਲੇਕਿਨ ਗਰਵ ਉਹਨਾਂ ਦੇ ਹੈ, ਉਹਨਾਂ ਨੇ ਬਹੁਤ ਕੁਝ ਕੀਤਾ, ਇਹ ਤਾਂ ਉਹਨਾਂ ਦਾ ਯੋਗਦਾਨ ਸੀ, ਉਹਨਾਂ ਨੇ ਕੀਤਾ, ਆਪਾਂ ਕੀ ਕੀਤਾ? ਆਪਾਂ ਕਰਨ ਦਾ ਵੇਲਾ ਆ ਸੀ। ਇਹੋ ਜਿਹੇ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਕੋੜੀ ਜਿਹੜੀ ਲਾਉਂਦਾ ਪਿਆ, ਕੋਈ ਫੜੀ ਲਾਉਂਦਾ ਪਿਆ, ਕੋਈ ਚਾਹ ਵੇਚਦਾ ਪਿਆ, ਇਹੋ ਜਿਹੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਨਾਮ ਆਪਣੇ ਦਮ 'ਤੇ ਕਰਜ਼ੇ ਚੱਕ ਕੇ ਆਪਣਾ ਘਰ ਗਿਰਵੀ ਰੱਖ ਕੇ ਸਬਜ਼ੀ ਦੀ ਰੇੜੀਆਂ ਲਗਾ ਕੇ ਉਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਉਹਨਾਂ ਦਾ ਹੱਕ ਦੇਣਾ ਬਣਦਾ ਵੈ, ਉਹਨਾਂ ਦਾ ਹੱਕ ਦੇਣਾ ਬਣਦਾ ਵੈ। ਅਸੀਂ ਹੱਕ ਮੰਗਦੇ, ਤੁਸੀਂ ਕਹਿੰਦੇ ਪੰਜਾਬ ਦਾ ਯੂਥ ਨਸ਼ਿਆਂ ਵੱਲ ਕਿਉਂ ਜਾਂਦਾ ਪਿਆ, ਵਿਦੇਸ਼ਾਂ ਕਿਉਂ ਜਾਂਦਾ ਪਿਆ? ਇਹੀ ਉਹ ਕਾਰਨ ਹੈ ਗੌਰ ਸਾਹਿਬ, ਇਹੀ ਉਹ ਕਾਰਨ ਹੈ। ਬਿਲਕੁਲ ਇਹੀ ਉਹ ਕਾਰਨ ਹੈ ਕਿ ਕਿਤੇ ਨਾ ਕਿਤੇ ਸੱਚਾਈ ਸੱਚਾ ਯਾਦਵ ਪੇਸ਼ ਕਰ ਰਹੇ ਨੇ ਔਰ ਰੱਖ ਰਹੇ ਨੇ ਉਹਨਾਂ ਸਰਕਾਰਾਂ ਦੇ ਅੱਗੇ ਜਿਹੜੀਆਂ ਸਰਕਾਰਾਂ ਇਹ ਦਾਅਵਾ ਕਰਦੇ ਨੇ ਕਿ ਅਸੀਂ ਲੋਕਾਂ ਲਈ, ਅਸੀਂ ਖਿਡਾਰੀਆਂ ਲਈ, ਅਸੀਂ ਆਪਣੇ ਨੌਜਵਾਨਾਂ ਲਈ ਬਹੁਤ ਕੁਝ ਕਰ ਰਹੇ ਹਾਂ। ਉਸ ਖਿਡਾਰੀ ਨਾਲ ਵੀ ਅਸੀਂ ਗੱਲ ਕਰ ਲੈਂਦੇ ਹਾਂ ਜਿਸ ਨੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ, ਦੇਸ਼ ਦੇ ਪ੍ਰਤੀ ਨਹੀਂ, ਦੇਸ਼ ਦੇ ਉੱਤੇ ਨਹੀਂ ਕਿ ਬਲਕਿ ਪੂਰੇ ਇੰਟਰਨੈਸ਼ਨਲ ਲੇਵਲ 'ਤੇ ਜਿੱਥੇ ਉਹਨੇ ਨਾਮ ਰੋਸ਼ਨ ਕੀਤਾ। ਤਰੁਣ ਸ਼ਰਮਾ ਨਾਲ ਅਸੀਂ ਗੱਲ ਕਰ ਲੈਂ। ਤਰੁਣ, ਬਹੁਤ ਬਹੁਤ ਸਵਾਗਤ ਤੇਰਾ ਨਿਊਜ਼ 18 'ਤੇ ਤੁਹਾਡਾ। ਔਰ ਤੁਸੀਂ ਅੱਜ ਬੂਟ ਪੋਲਿਸ਼ ਕਰ ਰਹੇ ਹੋ, ਕੀ ਹੋ ਗਿਆ ਤੁਹਾਨੂੰ? ਤੁਸੀਂ ਤਾਂ ਇੱਕ ਖਿਡਾਰੀ ਹੋ, ਤੁਹਾਨੂੰ ਤਾਂ ਖੇਡਣਾ ਚਾਹੀਦਾ ਵਾ, ਬੂਟ ਪੋਲਿਸ਼ ਕਿਉਂ ਕਰ ਰਹੇ ਹੋ? ਸਰ, ਬੂਟ ਪੋਲਿਸ਼ ਤਾਂ ਕਰਿਆ ਢਿੱਡ ਵੀ ਪਾਲਣਾ। ਸਰਕਾਰਾਂ ਪੁੱਛਦੀਆਂ ਨਹੀਂ, ਸਰਕਾਰਾਂ ਵਾਅਦਾ ਲਾ ਕੇ ਮੁੱਕਰ ਜਾਂਦੀਆਂ ਨੇ। ਮੈਨੂੰ 3 ਵਾਰ ਡਿਪਾਰਟਮੈਂਟ 'ਚੋਂ ਲੈਟਰ ਆਉਂਦਾ, ਇੱਕ ਲੈਟਰ ਤਾਂ ਮੇਰੇ ਕੋਲ ਹੈ, ਆਹ ਦੇਖੋ, ਇਹ 'ਚ ਲਿਖਿਆ ਹੋਇਆ ਕਿ ਉਪਰੇ ਸਰਵ ਸਿੱਖਿਆ ਵਿਭਾਗ ਬਾਲ ਵਿਭਾਗ ਨੂੰ ਇਹਨਾਂ ਨੇ ਕਥਿਤ ਤੌਰ 'ਤੇ ਲਿਖਿਆ ਹੋਇਆ, ਉਸ ਨੂੰ ਰੂਲਾਂ ਅਧੀਨ ਹੈਂਡੀਕੈਪ ਕੋਟੇ ਅਧੀਨ ਨੌਕਰੀ ਦਿੱਤੀ ਜਾਵੇ। ਅੱਜ ਬਹੁਤ 1 ਸਾਲ ਹੋ ਗਿਆ ਮੈਂ ਧੱਕੇ ਕਰ ਰਿਹਾ, ਕੀ ਕਰੂੰਗਾ ਮੈਂ? ਬੂਟ ਪਾਲਿਸ਼ ਨਹੀਂ ਕਰੂੰਗਾ ਤਾਂ ਹੋਰ ਕੀ ਕਰੂੰਗਾ? ਫਾਦਰ ਸਾਹਿਬ ਮੇਰੇ ਸਿਰ 'ਤੇ ਹੈ ਨਹੀਂ, ਉਹਨਾਂ ਦੀ ਡੈਥ ਹੋ ਗਈ 2 ਸਾਲ ਬਾਅਦ ਪਹਿਲਾਂ। ਉਹ ਵੀ ਇਹੀ ਸੁਪਨਾ ਲੈ ਕੇ ਚਲੇ ਗਏ ਕਿ ਮੇਰਾ ਬੇਟਾ ਇੱਕ ਨਾ ਇੱਕ ਦਿਨ ਨੌਕਰੀ ਲਊਗਾ ਅਤੇ ਆਪਣੀ ਲਾਈਫ ਸੈੱਟ ਕਰੂਗਾ। ਅੱਜ ਉਹ ਫਾਦਰ ਸਾਹਿਬ ਇਸ ਦੁਨੀਆ ਤੋਂ ਇਹੀ ਸੁਪਨਾ ਲੈ ਕੇ ਚਲੇ ਗਏ। ਫਾਦਰ ਸਾਹਿਬ ਨੇ ਈਵਨ ਸਾਰੇ ਸਰਕਾਰੀ ਦੁਆਰਾਂ 'ਤੇ ਹੱਥ ਜੋੜਿਆ ਕਿ ਮੇਰੇ ਬੇਟੇ ਤੋਂ ਆਵਾਜ਼ ਨਾ ਦੇਖੋ, ਉਹਦਾ ਟੈਲੈਂਟ ਦੇਖੋ। ਉਹ ਨਸ਼ਿਆਂ ਦੇ ਵਿਰੁੱਧ ਜਾ ਕੇ ਨੌਜਵਾਨਾਂ ਨੂੰ ਅੱਗੇ ਲੈ ਕੇ ਆ ਰਿਹਾ ਕਿ ਉਹ ਗਲਤ ਕਰ ਰਿਹਾ। ਉਹ ਵਿਚਾਰੇ ਇਹੀ ਸੁਪਨਾ ਦੇਖ ਕੇ ਦੁਨੀਆ ਨੂੰ ਛੱਡ ਗਏ। ਫਿਰ ਹੁਣ ਅਫਸੋਸ ਹੋ ਰਿਹਾ ਵੇ, ਜ਼ਿੰਦਗੀ ਦੇ ਉੱਤੇ ਅਫਸੋਸ ਹੋ ਰਿਹਾ ਜਾਂ ਖੇਡਣ 'ਤੇ ਅਫਸੋਸ ਹੋ ਰਿਹਾ ਜਾਂ ਫਿਰ ਪੰਜਾਬ 'ਚ ਰਹਿਣ ਦੇ ਉੱਤੇ ਅਫਸੋਸ ਹੋ ਰਿਹਾ? ਇਹੀ ਕਿਤੇ ਮੈਂ ਹਰਿਆਣੇ 'ਚ ਹੁੰਦਾ ਜੀ, ਤਾਂ ਮੇਰੀ ਪੁੱਛਗਿੱਛ ਤਾਂ ਹੁੰਦੀ। ਅੱਜ ਮੈਂ ਅਫਸਰ ਲੱਗਿਆ ਹੁੰਦਾ ਜਾਂ ਮੈਂ ਕਿਸੇ ਬਾਹਰਲੀ ਕੰਟਰੀ ਵੱਲੋਂ ਖੇਡਦਾ, ਬਟ ਮੈਂ ਇਸ ਪੰਜਾਬ ਮਿੱਟੀ ਦਾ ਔਰ ਮੈਂ ਆਪਣੀ ਮਾਂ ਨੂੰ ਛੱਡ ਕੇ ਕਿਵੇਂ ਚੱਲ ਜਾਵਾਂ? ਦਿਲ ਨਹੀਂ ਮੰਨਦਾ। ਕੋਈ ਵੱਡਾ ਖਿਡਾਰੀ ਅਗਰ ਖੇਡ ਜਿੱਤਦਾ ਨਾ, ਉਹਨੂੰ DSP SSP ਦੀ ਨੌਕਰੀ ਮਿਲਦੀ ਹੈ, ਲੇਕਿਨ ਕੋਈ ਗਰੀਬ ਦਾ ਬੱਚਾ ਜਿਹੜਾ ਮਿਹਨਤ ਕਰਕੇ ਅੱਗੇ ਵਧੇ, ਜਿਹੜਾ ਕਰਜ਼ੇ ਚੱਕ ਕੇ ਅੱਗੇ ਵਧੇ, ਪੰਜਾਬ ਦੇ ਵਿੱਚ ਉਹਦੇ ਲਈ ਕੋਈ ਨੌਕਰੀ ਨਹੀਂ ਹੈ। ਦੇਖੋ, ਇਹ ਮੁੰਡਾ ਇੰਸਪੀਰੇਸ਼ਨ ਬਣ ਸਕਦਾ, ਇਹ ਮੁੰਡਾ ਇੰਸਪੀਰੇਸ਼ਨ ਬਣ ਸਕਦਾ ਲੱਖਾਂ ਨੌਜਵਾਨਾਂ ਲਈ, ਪੰਜਾਬ ਦੇ ਲੱਖਾਂ ਨੌਜਵਾਨਾਂ ਲਈ ਕਿ ਹਾਂ ਦੇਖੋ ਇਹਨੇ ਕੁਛ ਕਰਕੇ ਦਿਖਾਇਆ, ਤਾਂ ਸਰਕਾਰ ਨੇ ਇਹਦੀ ਬਾਂਹ ਫੜੀ, ਦੇਖੋ ਇਹਨੂੰ ਨੌਕਰੀ ਦਿੱਤੀ, ਪੰਜਾਬ ਸਰਕਾਰ ਸੋਚਦੀ ਹੈ ਯੂਥ ਬਾਰੇ। ਇਹ ਇਗਜ਼ਾਮਪਲ ਸੈੱਟ ਕਰ ਸਕਦਾ, ਇਹ ਦੇਖੋ ਆਹ ਸਰਟੀਫਿਕੇਟ ਦੇਖੋ, ਇਹ ਇੰਟਰਨੈਸ਼ਨਲ ਸਰਟੀਫਿਕੇਟ ਇਸ ਮੁੰਡੇ ਨੂੰ ਜਿੱਤੇ ਹੋਏ, ਇੰਟਰਨੈਸ਼ਨਲ। ਆਹ 7ਵੇਂ ਨੰਬਰ 'ਤੇ ਇਹਦਾ
ਇਹਦਾ ਲਿਸਟ 'ਚ ਨਾਮ ਇਹਨੂੰ ਲਿਸਟਾਂ ਭੇਜੀਆਂ ਗਈਆਂ ਇੱਕ ਵਾਰੀ ਨਹੀਂ ਦੋ ਵਾਰੀ ਮੌਜੂਦਾ ਸਰਕਾਰ ਨੇ, ਆਹ ਦੇਖੋ ਆਹ 7ਵੇਂ ਨੰਬਰ 'ਤੇ ਤੁਸੀਂ ਦੇਖ ਸਕਦੇ ਹੋ ਤਰੁਣ ਸ਼ਰਮਾ ਸਾਨੂੰ ਰਾਮ ਮੂਰਤੀ ਲਿਸਟਾਂ 'ਚ ਨਾਮ ਪਾ ਦਿੱਤਾ ਗਿਆ, ਬਾਰ ਬਾਰ ਬੁਲਾਇਆ ਗਿਆ, ਲੇਕਿਨ ਜਦੋਂ ਪਹੁੰਚਦਾ ਵੈ ਉਦੋਂ ਕੌਣ ਤਰੁਣ ਸ਼ਰਮਾ, ਤੈਨੂੰ ਕਿੰਨੇ ਬੁਲਾਇਆ? ਸੋ ਹਾਲਾਤ ਦੇਖੋ ਅੱਜ ਪੰਜਾਬ ਦੇ ਨੌਜਵਾਨਾਂ ਦੇ ਨਾਲ, ਮੈਂ ਇਹ ਤਾਂ ਕਹਿੰਦਾ ਪਿਆ ਬਾਰ ਬਾਰ ਕਹਿੰਦਾ ਪਿਆ ਕਿ ਤਰੁਣ ਸ਼ਰਮਾ ਦੇ ਹੱਕ ਲਈ ਇੱਥੇ ਬੈਠੇ ਹਾਂ। ਮੈਂ ਫਿਰ ਕਹਾਂਗਾ ਆਪਣੇ ਰਿਸਪੈਕਟਿਡ ਸੀ ਐਮ ਭਗਵੰਤ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਠੀਕ 8 ਦਿਨਾਂ ਬਾਅਦ ਇਹ ਮੁੰਡਾ ਕਿਤੇ ਤੁਹਾਡੇ ਦਰਵਾਜ਼ੇ ਦੇ ਬਾਹਰ ਧਰਨੇ 'ਤੇ ਨਾ ਬੈਠੇ। ਮਾਨ ਸਾਹਿਬ ਇਹ ਵੀਡੀਓ ਨਹੀਂ ਹੈ, ਮਾਨ ਸਾਹਿਬ ਇਹ ਦਰਦ ਹੈ ਪੰਜਾਬ ਦੇ ਯੂਥ ਆ। ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਇਸ ਨੌਜਵਾਨ ਨੂੰ ਇਹਦਾ ਹੱਕ ਦੇ ਦਿਓ। ਮਾਨ ਸਾਹਿਬ ਬਿਲਕੁਲ ਹੱਕ ਮੰਗ ਰਹੇ ਨੇ। ਤਰੁਣ ਘਰ ਦੇ ਹਾਲਾਤ ਕਹਿੰਦੇ ਨੇ ਤੁਹਾਡੇ ਬੜੇ ਮਾੜੇ ਨੇ ਔਰ ਬੜਾ ਅਫਸੋਸਜਨਕ ਹੈਗੇ ਨੇ ਇਸ ਵੇਲੇ, ਔਰ ਕਰਜ਼ਾ ਵੀ ਸੀਗਾ ਤੁਹਾਡੇ 'ਤੇ, ਕਿੱਦਾਂ ਉਤਰਿਆ ਕਿੱਦਾਂ ਉਤਾਰਿਆ ਔਰ ਹਾਲਾਤ ਕਿਹੋ ਜਿਹੇ ਨੇ ਇਸ ਵੇਲੇ? ਘਰ ਦੇ ਕਹਿੰਦੇ ਕਿ ਬੜਾ ਰੋਟੀ ਦਾ ਵੀ ਬੜਾ ਤੁਹਾਡਾ ਮੁਹਤਾਜ ਹੋਏ ਹੋ ਤੁਸੀਂ ਜੀ। ਮੇਰੇ ਸਿਰ 'ਤੇ 12 ਲੱਖ ਦਾ ਕਰਜ਼ਾ ਸੀਗਾ ਜਿਹੜਾ NRI ਭਰਾਵਾਂ ਅਤੇ ਕਰਨ ਔਜਲਾ ਬਾਈ ਜੀ ਨੇ ਮੇਰੇ ਸਿਰ 'ਤੇ ਛੱਤ ਚਲੀ ਜਾਣੀ ਸੀ, ਉਹ ਬਚਾਤੀ। ਸੋ ਦਿਲੋਂ ਧੰਨਵਾਦ ਕਰਦਾ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰੀ 10 ਰੁਪਏ ਦੀ ਮਦਦ ਕਰੀ। ਸੋ ਅੱਜ ਮੇਰਾ ਘਰ ਜਾਣ ਤੋਂ ਬਚ ਗਿਆ। ਇਸ ਮੁਕਾਮ ਤੱਕ ਪਹੁੰਚਣ ਵਾਸਤੇ ਕਿੰਨੀ ਕੁ ਮਿਹਨਤ ਕੀਤੀ ਹੈ, ਕਿੰਨਾ ਕੁ ਕੋਸ਼ਿਸ਼ਾਂ ਦੇ ਤਹਿਤ ਇੱਥੇ ਤੱਕ ਪਹੁੰਚੇ ਹੋ? ਬਹੁਤ ਕੋਸ਼ਿਸ਼ਾਂ ਕਰੀਏ ਸਰ, ਮੈਂ ਚੱਲ ਫਿਰ ਨਹੀਂ ਸਕਦਾ ਸੀਗਾ, ਮੈਂ ਬੋਲ ਨਹੀਂ ਸਕਦਾ ਸੀਗਾ। ਉਸ ਦਰਦ ਨੂੰ ਮੈਂ ਆਪਣੇ ਪਿੰਡੇ ਅੜਾਇਆ, ਉਸ ਗਰੀਬੀ ਨੂੰ ਮੈਂ ਆਪਣੇ ਪਿੰਡੇ ਅੜਾਇਆ। 3-3 ਦਿਨ ਪੁਰਾਣੀਆਂ ਰੋਟੀਆਂ ਖਾਧੀਆਂ ਨੇ। ਇੱਕ ਟਾਈਮ ਇਹੋ ਜਿਹਾ ਹੁੰਦਾ ਸੀਗਾ ਕਿ ਡਾਇਟ ਨੂੰ ਪੈਸੇ ਨਹੀਂ ਹੁੰਦੇ ਸੀ, ਬਟ ਕੀ ਕਰੀਏ, ਸੋਚਿਆ ਕਿ ਕਿਤੇ ਨਾ ਕਿਤੇ ਸਰਕਾਰ ਪੰਜਾਬ ਦੇ ਲੱਖਾਂ ਨੌਜਵਾਨਾਂ ਦੀ ਦੁਕਾਨੀ ਹੈ ਜੋ ਤਰੁਣ ਦੱਸ ਰਿਹਾ। ਸੋਚਿਆ ਕਿ ਕਿਤੇ ਨਾ ਕਿਤੇ ਸਰਕਾਰ ਕਦੇ ਤਾਂ ਜਾਗੂਗੀ, ਇੱਕ ਵਾਰ ਨਹੀਂ ਦੋ ਵਾਰ ਨਹੀਂ, ਅੱਜ 18 ਮੈਡਲ ਨੇ ਮੇਰੇ ਕੋਲ, ਸਰਟੀਫਿਕੇਟਾਂ ਦਾ ਢੇਰ ਲੱਗਿਆ ਹੋਇਆ। ਆਹ ਦੇਖੋ ਇਹ ਸਰਟੀਫਿਕੇਟ ਕੀ ਕਰੂੰਗਾ ਮੈਂ ਜਦ ਤੁਸੀਂ ਮੈਨੂੰ ਪੁੱਛਣਾ ਹੀ ਨਹੀਂ। ਭੁੱਖ ਮਿਟਦੀ ਕਾਸ਼ ਮਿਟਦੀ ਤਾਂ ਮੈਂ ਸਰਕਾਰ ਦੇ ਅੱਗੇ ਆਉਂਦਾ ਹੀ ਨਾ। ਤੋ ਮੈਂ ਅੱਜ ਆਪਣੇ ਆਪ ਲਈ ਨਹੀਂ, ਹੋਰ ਐਥਲੀਟਾਂ ਲਈ ਵੀ ਅੱਜ ਮੈਂ ਸਟਰਗਲ ਕਰ ਰਿਹਾ ਕਿ ਅੱਜ ਮੈਨੂੰ ਜੇ ਹੱਕ ਮਿਲਿਆ ਤਾਂ ਉਹ ਹੱਸ ਕੇ ਗਰਾਊਂਡ ਜੁਆਇਨ ਕਰ ਲੈਣਗੇ ਜਿਨ੍ਹਾਂ ਦੀ ਅੱਜ ਉਮੀਦ ਟੁੱਟੀ ਹੋਈ ਹੈ। ਤੁਹਾਡੀ ਉਮੀਦ ਹੈ? ਮੇਰੀ ਉਮੀਦ ਪੂਰੀ ਹੈ, ਇਸੇ ਤਰ੍ਹਾਂ ਲੱਗੀ ਰਹੂਗੀ ਜਦ ਤੱਕ ਮੈਨੂੰ ਮੇਰਾ ਹੱਕ ਨਹੀਂ ਮਿਲਦਾ। ਰੋਣਾ ਆਉਂਦਾ ਆਪਣੇ ਆਪ? ਮੈਂ ਅੰਦਰੋਂ ਪੂਰਾ ਭਰੇ ਹੋਇਆ ਜੀ, ਤੇਰੇ ਪੱਖਾਂ ਨਹੀਂ ਤੋੜ ਸਕਦਾ। ਮਾਨ ਸਾਹਿਬ ਬੇਨਤੀ ਵਾਰ ਵਾਰ ਕਰ ਰਿਹਾ ਕਿ ਕਦੇ ਤਾਂ ਤੁਹਾਡਾ ਧਿਆਨ ਮੇਰੇ ਇਸ ਹੈਂਡੀਕੈਪ ਗਰੀਬ 'ਤੇ ਵੀ ਪਊਗਾ। ਕੋਈ ਅਫਸਰ ਰੈਂਕ ਵੀ ਨਹੀਂ ਮੰਗ ਰਿਹਾ, ਤੁਸੀਂ PN ਰਖਾ ਦਿਓ ਮੇਰੇ ਹੱਥ ਤੋਂ, ਤੁਹਾਨੂੰ ਵੀ ਪਾਣੀ ਪਿਲਾਉਣਾ ਨਾ ਮੈਂ ਉਹ ਵੀ ਪਿਲਾ ਦੂੰਗਾ। ਇਹ ਕੁਛ ਤਾਂ ਸੋਚੋ ਮੇਰੇ ਬਾਰੇ, ਮੇਰੇ ਸਿਰ 'ਤੇ ਤਾਂ ਫਾਦਰ ਵੀ ਨਹੀਂ ਰਿਹਾ, ਅੱਧੇ ਸਰੀਰ ਨਾਲ ਮੈਂ ਕਦ ਤੱਕ ਆਪਣੇ ਭਰਾ 'ਤੇ ਬੈਠਾ ਰਹੂੰਗਾ? ਕਿਤੇ ਨਾ ਕਿਤੇ ਆ ਕੇ ਮੈਂ ਵੀ ਸੁਸਾਈਡ ਕਰ ਲੂੰਗਾ, ਫਿਰ ਆਹੀ ਹੋ ਸਕਦਾ। ਜੇ ਤੁਸੀਂ ਵੀ ਨਹੀਂ ਸੁਣੋਗੇ ਫਿਰ ਕੌਣ ਸੁਣੂਗਾ? ਮੇਰੇ ਕੋਲ ਤਾਂ ਸ਼ਬਦ ਹੀ ਖਤਮ ਹੋ ਗਏ, ਕੀ ਕਵਾਂ ਮਾਨ ਸਾਹਿਬ ਤੁਹਾਨੂੰ, ਕੀ ਕਵਾਂ? ਕੀ ਉਮੀਦ ਨਾਲ ਤੁਹਾਨੂੰ ਚੁਣਿਆ ਸੀਗਾ ਕਿ ਤੁਸੀਂ ਗਰੀਬ ਬੱਦਿਆਂ ਦਾ ਖੜੋਗੇ, ਬਟ ਅੱਜ ਮੇਰਾ ਹੀ ਨਹੀਂ ਕੋਈ ਕਰ ਰਿਹਾ। ਖਾਸ ਕਰ ਪੰਜਾਬ ਮੇ ਪੜ੍ਹੇ ਲਿਖੇ ਨੌਜਵਾਨੋ ਕੋ ਜਿਨ੍ਹੋਂਨੇ ਹਿੰਦੁਸਤਾਨ ਮੇ ਆਪਣੀ ਗੇਮ ਕੇ ਥਰੂ, ਆਪਣੀ ਖੇਲ ਕੇ ਥਰੂ ਸਿਰਫ ਮੈਡਲ ਹੀ ਨਹੀਂ ਬਲਕਿ ਨੈਸ਼ਨਲ ਇੰਟਰਨੈਸ਼ਨਲ ਮੈਡਲ ਜੀਤ ਐਸੇ ਖਿਡਾਰੀ ਪੰਜਾਬ ਮੇ ਬੂਟ ਪਾਲਿਸ਼ ਆਪਕੇ ਕਰਤੇ ਆਪਕੇ ਸਾਹਮਣੇ ਪੇਸ਼ ਕਰ ਰਹੇ ਹੈ। ਮੇਰਾ ਕੋਈ ਵੀ ਭਾਈ ਅਜ਼ੀਜ਼ ਕੋਈ ਬੂਟ ਪਾਲਿਸ਼ ਕਰਵਾਉਣਾ ਚਾਹਤਾ ਤੋ ਆ ਜਾਏ।
ਆ ਜਾ ਬੂਟ ਪਾਲਿਸ਼ ਬੂਟ ਪਾਲਿਸ਼ ਬੂਟ ਪਾਲਿਸ਼ ਭਾਜੀ ਆਹ ਕੀ ਗੱਲ ਆ ਆ 50 ਰੁਪਏ 100 ਰੁਪਏ 100 ਰੁਪਏ ਇਹ ਕੀ ਚੱਕਰ ਹੈ ਭਾਜੀ ਇਹ 50 ਰੁਪਏ ਇਹ 100 ਰੁਪਏ ਇਹ 500 ਰੁਪਏ ਬੂਟ ਪਾਲਿਸ਼ ਮੈਂ ਦੱਸਣਾ ਚਾਹੁੰਦਾ ਕਿ ਭਾਜੀ ਇਹ ਜਿਹੜਾ 50 ਰੁਪਏ ਬੂਟ ਪਾਲਿਸ਼ ਕਰਦਾ ਪਿਆ ਵੈ ਉਹ ਰੇਟ 50 ਰੁਪਏ ਇਸ ਕਰਕੇ ਕਿਉਂਕਿ ਇਹ ਪੰਜਾਬ ਦਾ ਉਹ ਨੌਜਵਾਨ ਹੈ ਜਿਹੜਾ ਪਲੱਸ 2 ਪਾਸ ਹੈ ਭਾਜੀ ਪਲੱਸ 2 ਪਾਸ ਭਾਜੀ 100 ਰੁਪਏ ਬੂਟ ਪਾਲਿਸ਼ ਰੇਟ ਇਸ ਕਰਕੇ ਭਾਜੀ ਕਿਉਂਕਿ ਇਹ ਗ੍ਰੈਜੂਏਟ ਹੈ ਭਾਜੀ ਇਹ ਗ੍ਰੈਜੂਏਟ ਹੈ ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਹੈ ਭਾਜੀ ਤੇ ਆ ਆ ਆ ਤਾਂ ਭਾਈ ਸਿਰਹੀਆ ਸਿਰਹੀਆ ਭਾਈ ਇਹ ਇਹ ਤਰੁਣ ਸ਼ਰਮਾ ਦੋਸਤ ਤਰੁਣ ਸ਼ਰਮਾ ਜਿਹੜਾ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਹੈ ਇਕਲੌਤਾ ਜਿਹਨੇ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਬਲਕਿ ਕਈ ਮੈਡਲ ਇਸ ਦੇਸ਼ ਦੀ ਪੰਜਾਬ ਦੀ ਝੋਲੀ 'ਚ ਜਿੱਤ ਕੇ ਪਾਏ ਲੇਕਿਨ ਕਿਸੇ ਨੇ ਵੀ ਪੁੱਛਿਆ ਤੱਕ ਨਹੀਂ ਖੰਨੇ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਦੀ ਰੇਹੜੀ ਲਾਉਣ ਵਾਲਾ ਆਪਣੇ ਪੈਸ਼ਨ ਨੂੰ ਨਹੀਂ ਭੁੱਲਿਆ ਆਪਣੇ ਘਰ ਨੂੰ ਗਿਰਵੀ ਰੱਖ ਕੇ ਬਾਪ ਮਰ ਗਿਆ ਘਰ ਨੂੰ ਗਿਰਵੀ ਰੱਖ ਕੇ ਇਹ ਬੰਦਾ ਦੇਸ਼ ਦਾ ਨਾਮ ਰੋਸ਼ਨ ਕਰਦਾ ਰਿਹਾ ਲੇਕਿਨ ਫਿਰ ਵੀ ਕਿਸੇ ਨੇ ਨਹੀਂ ਪੁੱਛਿਆ ਸਰਕਾਰਾਂ ਦੇ ਨੁਮਾਇੰਦੇ ਕਈ ਲੀਡਰ ਇਹਦੇ ਕੋਲ ਆਏ ਕਈ ਗਏ ਕਿ ਅਸੀਂ ਤੈਨੂੰ ਨੌਕਰੀ ਦਵਾਵਾਂਗੇ ਫੋਟੋਆਂ ਤਾਂ ਸਭ ਨੇ ਕਰਾਈਆਂ ਪਰ ਸਾਥ ਕਿਸੇ ਨੇ ਨਹੀਂ ਦਿੱਤਾ ਬਾਹ ਕਿਸੇ ਨੇ ਨਹੀਂ ਫੜੀ ਆਹ ਫੋਟੋਆਂ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਆਹ ਤੁਸੀਂ ਦੇਖੋ ਆਹ ਮੌਜੂਦਾ ਪਾਰਟੀ ਵੱਲੋਂ ਆਹ ਖੁਦ ਉਹਨਾਂ ਦਾ ਲੋਗੋ ਵੀ ਲੱਗਿਆ ਹੋਇਆ ਵਾ ਇਸ ਵਿਚਾਰੇ ਜਦੋਂ ਪਿਛਲੀ ਸਰਕਾਰ ਦੇ ਟਾਈਮ ਉਹਨਾਂ ਨੇ ਇਹਦੀ ਪੋਸਟ ਖੁਦ ਸ਼ੇਅਰ ਕੀਤੀ ਸੀ ਆਹ ਦੇਸ਼ ਦਾ ਤਿਰੰਗਾ ਫੜੇ ਫੋਰਨ ਕੰਟਰੀ ਦੇ ਵਿੱਚ ਤਰੁਣ ਆਹ ਦੇਸ਼ ਦਾ ਨਾਮ ਰੋਸ਼ਨ ਕਰਦੇ ਹੋਏ ਕਰਕੇ ਕਰ ਦੋ ਤਰੁਣ ਆਹ ਦੇਖੋ ਆਹ ਪੈਰਾ ਕਰਾਟੇ ਗੇਮ ਖੇਡਦਾ ਹੋਇਆ ਤਰੁਣ ਆਹ ਦੇਸ਼ ਦਾ ਤਿਰੰਗਾ ਵਿਕਟਰੀ ਦਾ ਸਾਈਨ ਬਣਾਉਂਦੇ ਹੋਏ ਤਰੁਣ ਆਹ ਦੇਸ਼ ਦਾ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਦਾ ਹੋਇਆ ਦੂਸਰੇ ਮੁਲਕ ਤਰੁਣ ਆਹ ਤੁਹਾਡੇ ਸਾਹਮਣੇ ਹੈ ਦੋਸਤ ਇਹ ਤਰੁਣ ਸ਼ਰਮਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪੈਰਾ ਕਰਾਟੇ ਦਾ ਪਲੇਅਰ ਫਿਰ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਕਿਉਂ ਜਾਂਦੇ ਪਏ ਆ ਫਿਰ ਕਹਿੰਦੇ ਪੰਜਾਬ ਦੇ ਨੌਜਵਾਨ ਅੱਜ ਬੇਰੋਜ਼ਗਾਰ ਹੈ ਸਾਹਿਬ ਬੇਰੋਜ਼ਗਾਰ ਹੈ ਤੁਸੀਂ ਘੱਟੋ ਘੱਟ ਜਿਹਨਾਂ ਨੇ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਉਹਨਾਂ ਦਾ ਤਾਂ ਹੱਕ ਦਿਓ ਇਹ ਭੀਖ ਨਹੀਂ ਮੰਗਦੇ ਪਏ ਸਾਹਿਬ ਇਹ ਭੀਖ ਨਹੀਂ ਮੰਗਦੇ ਪਏ ਦੋਸਤ ਆ ਫੋਟੋ ਧਿਆਨ ਨਾਲ ਦੇਖੋ ਇਹ ਫੋਟੋ ਮੈਂ ਦਿਖਾਉਣਾ ਚਾਹੁੰਦਾ ਇਹ ਸਾਡੇ ਐਕਸ ਆਮ ਆਦਮੀ ਪਾਰਟੀ ਤੋਂ ਹੀ ਗੁਰਮੀਤ ਸਿੰਘ ਮੀਥਾਇਰ ਸਾਹਿਬ ਜਿਹੜੇ ਸਪੋਰਟਸ ਮਿਨਿਸਟਰ ਸੀ ਇਹ ਉਹਨਾਂ ਦੀ ਫੋਟੋ ਇਸ ਫੋਟੋ ਨਾਲ ਇਸ ਨੌਜਵਾਨ ਦਾ ਕੀ ਰਿਸ਼ਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਤਰੁਣ ਖੜਾ ਹੋ ਇਸ ਫੋਟੋ ਦਾ ਇਸ ਤਰੁਣ ਨਾਲ ਕੀ ਰਿਸ਼ਤਾ ਮੈਂ ਦੱਸਣਾ ਚਾਹੁੰਦਾ ਇਸ ਫੋਟੋ ਦਾ ਰਿਸ਼ਤਾ ਇਹ ਵੈ ਕਿ ਅੱਜ ਪੰਜਾਬ ਦੇ ਨੌਜਵਾਨ ਕੋਈ ਰੇਹੜੀ ਲਾਉਣ 'ਤੇ ਮਜਬੂਰ ਹੈ ਤਰੁਣ ਵਰਗੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਕੋਈ ਰੇਹੜੀ ਲਾਉਂਦਾ ਪਿਆ ਕੋਈ ਸਬਜ਼ੀ ਵੇਚਦਾ ਪਿਆ ਵੈ ਕੋਈ ਨਸ਼ੇ ਵਰਤੇ ਕਰਦਾ ਪਿਆ ਵੈ ਅੱਜ ਹਾਲਾਤ ਬੱਤੋ ਬੱਤਰ ਹੈ ਪੰਜਾਬ ਦੇ ਫਿਰ ਕਹਿੰਦੇ ਹਰਿਆਣਾ ਅੱਗੇ ਕੋਲ ਲੰਘ ਗਿਆ ਉਹ ਸਰਕਾਰਾਂ ਨੇ ਕੀ ਕੀਤਾ ਸੰਸਦ ਦੇ ਵਿੱਚ ਕਹਿਣਾ ਕਿ ਭਾਈ ਅਰਸ਼ਦੀਪ 17 ਵਿਕਟਾਂ ਲੈਣ ਵਾਲਾ ਹਿੰਦੁਸਤਾਨੀ ਉਹ ਪੰਜਾਬੀ ਜਿਹਨੇ ਦੇਸ਼ ਨਾਮ ਰੋਸ਼ਨ ਕੀਤਾ ਵਰਲਡ ਕੱਪ ਜਿਤਾਇਆ ਉਹ ਭਾਈ ਮੈਂ ਹੀ ਤਾਂ ਪੁੱਛਣਾ ਚਾਹੁੰਦਾ ਹਰਮਨ ਕੌਰ ਲੇਡੀਜ਼ ਕ੍ਰਿਕਟ ਟੀਮ ਕਪਤਾਨ ਪੰਜਾਬੀ ਇਹ ਗੱਲਾਂ ਕਰਨੀਆਂ ਬਹੁਤ ਆਸਾਨ ਹੈ ਮੀਤਾਰ ਸਾਹਿਬ ਸੰਸਦ ਦੇ ਵਿੱਚ ਲੇਕਿਨ ਤੁਸੀਂ ਕੀ ਕੀਤਾ ਸਰਕਾਰਾਂ ਨੇ ਕੀ ਕੀਤਾ ਅਰਸ਼ਦੀਪ ਨੇ ਜੋ ਕੀਤਾ ਉਹਦੇ ਪਰਿਵਾਰ ਨੇ ਅਰਸ਼ਦੀਪ ਨੇ ਖੁਦ ਕੀਤਾ ਹਰਮਨ ਕੌਰ ਨੇ ਖੁਦ ਕੀਤਾ ਇਹ ਫੋਟੋ
ਮੈਂ ਦੱਸਣਾ ਚਾਹੁੰਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੀਤ ਹਾਇਰ ਸਾਹਿਬ ਪੁਲਿਸ ਵਾਲਿਆਂ ਨਾਲ ਜੂਝਦੇ ਪਏ ਆ। ਉਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਈ ਸੀ ਦੋਸਤ, ਮੀਤ ਹਾਇਰ ਸਾਹਿਬ ਨੇ ਤਰੁਣ ਦੇ ਨਾਲ 18 ਨੌਜਵਾਨਾਂ ਨੂੰ ਚੰਡੀਗੜ੍ਹ ਬੁਲਾਇਆ। ਚੰਡੀਗੜ੍ਹ ਜਦੋਂ ਇਹ ਉੱਥੇ ਜਾ ਕੇ ਧਰਨਾ ਦਿੱਤਾ ਪਾਣੀ ਦੀ ਬੁਖਾਰਾ, ਮੀਤ ਹਾਇਰ ਸਾਹਿਬ ਦੇ ਨਾਲ ਨਾਲ ਇਹਨਾਂ 18 ਖਿਡਾਰੀਆਂ ਨੇ ਵੀ ਖਾਧੀਆਂ। ਇਹਨਾਂ ਨੇ ਵਾਅਦਾ ਕੀਤਾ, ਮੀਤ ਹਾਇਰ ਸਾਹਿਬ ਤੁਸੀਂ ਭੁੱਲ ਗਏ ਸ਼ਾਇਦ, ਮੀਤ ਹਾਇਰ ਸਾਹਿਬ ਭੁੱਲ ਗਏ, ਦੋ ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਸਪੋਰਟਸ ਮਿਨਿਸਟਰ ਵੀਰੇ, ਲੇਕਿਨ ਭੁੱਲ ਗਏ ਤੁਸੀਂ ਕਿਹਾ ਸੀਗਾ ਕਿ ਮੈਂ ਜੇ ਸਰਕਾਰ ਸਾਡੀ ਆਈ ਤਾਂ ਮੈਂ ਇਹਨਾਂ ਨੌਜਵਾਨਾਂ ਦੀ ਬਾਂਹ ਫੜੂੰਗਾ, ਮੈਂ ਇਹਨਾਂ ਨੌਜਵਾਨਾਂ ਦੀ ਬਾਂਹ ਫੜੂੰਗਾ। ਕਰਨ ਔਜਲਾ, ਕਰਨ ਔਜਲਾ ਨੂੰ ਸਲੂਟ ਹੈ, ਪੰਜਾਬ ਦੇ ਉਸ ਸਪੂਤ ਨੂੰ ਧੰਨਾ ਹੋਵਾਂ ਜਿਹਨੇ ਇਹੋ ਜਿਹਾ ਪੁੱਤ ਜੰਮਿਆ, ਸਿੰਗਰ ਕਰਨ ਔਜਲਾ। ਉਹਨੂੰ ਤਰਸ ਆ ਗਿਆ, 9 ਲੱਖ ਰੁਪਇਆ ਇਸ ਮੁੰਡੇ ਦੇ ਸਿਰ 'ਤੇ ਕਰਜ਼ਾ ਵੈ, ਮੈਨੂੰ ਇਹਦੀ ਮਦਦ ਲੈ ਕੇ ਆਉਣਾ ਚਾਹੀਦਾ ਵੈ। ਕਰਨ ਔਜਲਾ ਨੇ ਮਦਦ ਕੀਤੀ, 9 ਲੱਖ ਰੁਪਇਆ ਦਿੱਤਾ, ਲੇਕਿਨ ਜਿਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ, ਜਿਹਨਾਂ ਨੇ ਵਾਅਦੇ ਕੀਤੇ, ਉਹ ਸਰਕਾਰਾਂ ਕਿੱਥੇ ਹੈ, ਉਹ ਨੁਮਾਇੰਦੇ ਕਿੱਥੇ ਹੈ? ਤਰੁਣ ਭੀਖ ਨਹੀਂ ਮੰਗਦਾ ਯਾਰ, ਆਪਣਾ ਹੱਕ ਮੰਗਦਾ। ਅੱਜ ਜੇ ਇਹੋ ਕੋਈ ਵੱਡਾ ਖਿਡਾਰੀ ਹੁੰਦਾ, ਕੋਈ ਭਗਵੰਤ ਮਾਨ, ਹਰਭਜਨ ਸਿੰਘ ਮਾਨ, ਮਹਿੰਦਰ ਸਿੰਘ ਧੋਨੀ, ਯੁਵਰਾਜ ਸਿੰਘ, ਤਾਂ ਤੁਸੀਂ DSP ਦੀ ਨੌਕਰੀ ਵੀ ਦਿੰਦੇ ਹੋ। ਉਹ DSP ਦੀ ਨਾ ਸਹੀ ਜੋ ਬਣਦੀ ਇਹਦੇ ਹਿਸਾਬ ਦੇ ਨਾਲ, ਉਹਨਾਂ ਨੂੰ ਨੌਕਰੀ ਤਾਂ ਦਿਓ। ਕਈ ਇੰਟਰਨੈਸ਼ਨਲ ਗੋਲਡ ਮੈਡਲ ਜਿੱਤਣ ਵਾਲਾ ਇਹ ਖਿਡਾਰੀ ਹੈ, ਜਿਹਦੇ 'ਤੇ ਗਰਵ ਹੈ, ਜਿਹਦੇ 'ਤੇ ਗਰਵ ਹੈ ਹਰ ਪੰਜਾਬੀ ਨੂੰ, ਜਿਹਦੇ 'ਤੇ ਗਰਵ ਹਰ ਪੰਜਾਬੀ ਨੂੰ। ਮੈਂ ਅੱਜ ਬੇਨਤੀ ਕਰਦਾ ਕਿ ਅੱਜ ਹਰ ਇੱਕ ਚੈਨਲ ਦੀ ਵੀਡੀਓ, ਹਰ ਪੰਜਾਬੀਓ, ਹਿੰਦੁਸਤਾਨ ਵਾਲਿਓ, ਇਹਨੂੰ ਵੀਡੀਓ ਨਾ ਸਮਝਿਓ, ਇਹ ਤੁਹਾਡੀ ਆਵਾਜ਼ ਹੋਏਗੀ ਗੂੰਗੀਆਂ, ਅੰਨੀਆਂ, ਬਹਿਰੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ। ਇਹਨਾਂ ਨੂੰ ਮੈਕਸੀਮਮ ਸ਼ੇਅਰ ਕਰੋ, ਕਮੈਂਟ ਕਰੋ, ਤਾਂ ਕਿ ਤੁਹਾਡੀ ਵੀਡੀਓ ਇਹਨਾਂ ਤੱਕ ਪਹੁੰਚੇ, ਔਰ ਇਸ ਖਿਡਾਰੀ ਨੂੰ, ਤਰੁਣ ਸ਼ਰਮੇ ਨੂੰ ਇਹਦਾ ਬਣਦਾ ਹੱਕ ਮਿਲੇ। ਇਹਨੂੰ ਕਈ ਚਿੱਠੀਆਂ ਪਿਛਲੀ ਸਰਕਾਰਾਂ ਨੇ ਅਤੇ ਹੁਣ ਵਾਲੀ ਸਰਕਾਰਾਂ ਨੇ ਵੀ ਚਿੱਠੀਆਂ ਨਾਲ ਲੈ ਕੇ ਆਇਆ ਵੈ, ਮੈਂ ਉਹ ਵੀ ਤੁਹਾਨੂੰ ਦਿਖਾਉਣਾ। ਉਹ ਚਿੱਠੀਆਂ ਦਿੱਤੀਆਂ, ਕਿਤੇ ਇਨਾਮ ਦੇਣ ਦਾ ਵਾਅਦਾ ਕੀਤਾ, ਕਿਤੇ ਨੌਕਰੀ ਦੇਣ ਦਾ ਵਾਅਦਾ ਕੀਤਾ, ਕਿਤੇ ਲਿਸਟ 7ਵੇਂ ਨੰਬਰ 'ਤੇ ਨਾਮ ਵੀ ਸੀਗਾ, ਲੇਕਿਨ ਜਦੋਂ ਤਰੁਣ ਸ਼ਰਮਾ ਉੱਥੇ ਪਹੁੰਚਦਾ ਵੈ ਤਾਂ ਲਿਸਟਾਂ 'ਚੋਂ ਨਾਮ ਹੀ ਗਾਇਬ ਹੋ ਜਾਂਦਾ ਵੈ। ਇਹ ਸਿਸਟਮ ਹੈ ਸਾਡਾ। ਕਿਵੇਂ ਪੰਜਾਬ ਦੇ ਯੂਥ ਨੂੰ ਤੁਸੀਂ ਨਸ਼ੇ ਤੋਂ ਰੋਕ ਲਓਗੇ, ਕਿਵੇਂ ਵਿਦੇਸ਼ਾਂ ਤੋਂ ਜਾਣ ਨੂੰ ਰੋਕ ਲਓਗੇ? ਜੇ ਯੂਥ ਹੀ ਨਹੀਂ ਬਚੇਗਾ ਪੰਜਾਬ 'ਚ ਤਾਂ ਬਚਿਆ ਕੀ ਕਰ ਲਾਂਗੇ ਅਸੀਂ? ਮੁਫ਼ਤ ਬਿਜਲੀਆਂ ਨੂੰ ਕੀ ਕਰ ਲਾਂਗੇ ਅਸੀਂ? ਹੋਟਲਾਂ ਨੂੰ ਡਿਵੈਲਪਮੈਂਟ ਦੇਣੀ ਹੈ ਪੰਜਾਬ ਦੇ ਯੂਥ ਨੂੰ? ਪੰਜਾਬ ਦੇ ਯੂਥ ਬਾਰੇ ਸੋਚਣ ਦਾ ਵੇਲਾ ਦੋਸਤ, ਪੰਜਾਬ ਦਾ ਯੂਥ। ਮੈਂ ਕੁਛ ਹੋਰ ਨਾ ਜ਼ਿਆਦਾ ਕਹਿੰਦੇ ਹੋਏ, ਮੈਂ ਚਾਹੂੰਗਾ ਕਿ ਤਰੁਣ ਸ਼ਰਮਾ ਆਪਣਾ ਦਰਦ ਆਪ ਬਿਆਨ ਕਰੇ।